ਕੋਟ ਗਰੇਵਾਲ ਵਿਖੇ 8ਵਾਂ ਅੱਖਾਂ ਦਾ ਚੈੱਕਅਪ ਆਪਰੇਸ਼ਨ ਅਤੇ ਦੰਦਾਂ ਦਾ ਮੁਫਤ ਚੈੱਕਅਪ ਕੈਂਪ ਐਨਆਰਆਈ ਵੀਰਾ ਤੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਜਗਤਾਰ ਸਿੰਘ ਚੂਕੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਖਾਂ ਚੈੱਕਅਪ ਦੌਰਾਨ ਲੋੜਵੰਦ 400 ਅਤੇ ਦੰਦਾਂ ਦੇ 80 ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਅਤੇ ਐਨਕਾਂ ਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਅੱਖਾਂ ਦੇ 45 ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਕੱਲ ਸਵੇਰ ਨੂੰ ਸ਼੍ਰੀ ਵਿਸ਼ਕਰਮਾ ਹਸਪਤਾਲ ਟਰੱਸਟ ਵਿਖੇ ਕੀਤੇ ਜਾਣਗੇ। ਇਸ ਕੈਂਪ 'ਚ ਮਸ਼ਹੂਰ ਸ਼੍ਰੀ ਵਿਸ਼ਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਦੇ ਡਾਕਟਰਾਂ ਦੀ ਟੀਮ 'ਚ ਡਾਕਟਰ ਅਮਿਤ ਸ਼ਰਮਾ ਅੱਖਾਂ ਦੇ ਸਪੈਸ਼ਲਿਸਟ, ਡਾਕਟਰ ਰੁਪਿੰਦਰ ਕੌਰ ਔਰਤਾਂ ਦੇ ਸਪੈਸ਼ਲਿਸਟ, ਨਵਦੀਪ ਕੌਰ, ਕਰਮਵੀਰ ਕੌਰ, ਪਰਮਿੰਦਰ ਕੌਰ, ਰਚਨਾ, ਰੀਆ ਸ਼ਰਮਾ, ਅਰੁਣਪੁਰੀ, ਮੋਨਿਕਾ, ਜੋਤੀ, ਅਮਨਦੀਪ ਕੌਰ ਅਤੇ ਦੰਦਾਂ ਦੇ ਚੈੱਕਅਪ ਸੰਧੂ ਡੈਂਟਲ ਫਗਵਾੜਾ ਦੀ ਟੀਮ ਵਿੱਚ ਡਾਕਟਰ ਨਵਦੀਪ ਕੌਰ ਤੇ ਸਟਾਫ ਵੱਲੋਂ ਆਪੋ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਜਗਤਾਰ ਸਿੰਘ ਗਰੇਵਾਲ ਚੂਕੇ, ਗੁਰਬਖਸ਼ ਕੌਰ ਗਰੇਵਾਲ ਚੂਕੇ, ਜਸਕਮਲ ਸਿੰਘ ਗਰੇਵਾਲ, ਰਣਜੀਤ ਕੌਰ, ਨਵਨੀਤ ਕੌਰ, ਜੋਗਿੰਦਰ ਕੌਰ ਰਾਏ, ਤਰਨਵੀਰ ਸਿੰਘ ਗਰੇਵਾਲ, ਪਰਗਨ ਸਿੰਘ ਗਰੇਵਾਲ, ਤੀਰਥ ਸਿੰਘ ਗਰੇਵਾਲ, ਕਮਲਜੀਤ ਸਿੰਘ, ਪਾਰਮਜੀਤ ਰਾਮ, ਰਤਨ ਕੁਮਾਰ ਪੰਚ, ਨਿਰਮਲਾ ਦੇਵੀ ਆਦਿ ਹਾਜ਼ਰ ਸਨ। ਇਸ ਕੈਂਪ ਦੌਰਾਨ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਇੰਗਲੈਂਡ ਵਿੱਚ ਲੰਗਰ ਹਾਲ ਵਿੱਚ ਸੇਵਾਵਾਂ ਨਿਭਾਉਣ ਰਹੀਆਂ ਬੀਬੀਆਂ ਅਤੇ ਭਾਈਆਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਸੇਵਾ ਕੀਤੀ ਸੀ। ਉਹਨਾਂ ਦਾ ਜਗਤਾਰ ਸਿੰਘ ਚੂਕੇ ਨੇ ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਮਰੀਜ਼ਾਂ ਵਾਸਤੇ ਸਵੇਰੇ ਚਾਹ ਅਤੇ ਬਾਅਦ ਦੁਪਹਿਰ ਲੰਗਰ ਅਟੁੱਟ ਵਰਤਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਕੈਂਪ ਆ, ਇਹ 8ਵਾਂ ਕੈਂਪ ਆ ਸਾਡਾ। ਇਹ ਜੂਕੇ ਵੱਲੋਂ ਮੇਰੇ ਭਰਾਵਾਂ ਔਰ ਭੈਣਾਂ ਦਾ ਸਹਿਯੋਗ ਨਾਲ ਲਾਇਆ ਜਾਂਦਾ ਹੈ ਔਰ ਗੁਰੂ ਨਾਨਕ ਗੁਰਦੁਆਰਾ ਸਮੈਦ ਜੂਕੇ ਵਿੱਚ ਜਿਹੜਾ ਹੈਗਾ ਉਹਨਾਂ ਬੀਬੀਆਂ ਦੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਵਿੱਚ ਹਿੱਸਾ ਲਿਆ ਹੈ। ਔਰ ਮੈਂ ਇਹੀ ਉਮੀਦ ਕਰਦਾ ਹਾਂ ਕਿ ਹਰੇਕ ਸਾਲ ਅਸੀਂ ਇਹੀ ਕੈਂਪ ਲਾਈਏ ਔਰ ਇਸੇ ਤਰ੍ਹਾਂ ਚੱਲਦਾ ਰਹੇ। ਔਰ ਜਿਹੜਾ ਵੀ ਸਾਨੂੰ ਕੋਈ ਸਹਿਯੋਗ ਦੇ ਰਿਹਾ ਹੈ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਹੈ। ਮੇਰੇ ਵੀਰਾਂ ਦਾ, ਭੈਣਾਂ ਦਾ, ਸਾਰਿਆਂ ਦਾ ਮੈਂ ਧੰਨਵਾਦ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੜਾ ਧਾਗਾ ਵਾਲਾ ਆ ਕਿਉਂਕਿ ਸਰਦਾਰ ਜਗਤਾਰ ਸਿੰਘ ਜੀ ਗਰੇਵਾਲ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਰਲ ਕੇ ਅੱਜ ਜੋ ਅੱਖਾਂ ਦਾ ਕੈਂਪ ਲਗਾਇਆ। ਅਸੀਂ ਬਹੁਤ ਹੀ ਇਸ ਪਰਿਵਾਰ ਦੇ ਧੰਨਵਾਦੀ ਹਾਂ, ਸਾਰੇ ਨਗਰ ਵਾਸੀ। ਸਾਨੂੰ ਬੜਾ ਮਾਣ ਹੈ ਇਹਨਾਂ 'ਤੇ। ਔਰ ਅੱਜ ਸਾਡੇ ਪਿੰਡ ਵਿੱਚ 25 ਪਿੰਡਾਂ ਦੇ ਲੋਕ ਜਿਹੜੇ ਆ ਜਿਨ੍ਹਾਂ ਨੂੰ ਅੱਖਾਂ ਤੋਂ ਪਰੇਸ਼ਾਨੀ ਆ ਉਹ ਅੱਜ ਇੱਥੇ ਆਏ ਆ ਅਤੇ ਉਹਨਾਂ ਨੂੰ ਅੱਜ ਚੈਕਿੰਗ ਦੇ ਨਾਲ ਨਾਲ ਮੁਫਤ ਦਵਾਈਆਂ, ਮੁਫਤ ਜਿਹੜਾ ਸਾਰਾ ਉਹਨਾਂ ਦਾ ਚੈਕਿੰਗ ਕੀਤੀ ਜਾ ਰਹੀ ਆ। ਔਰ ਅਸੀਂ ਧੰਨਵਾਦੀ ਹਾਂ ਵਿਸ਼ਕਰਮਾ ਜੀ ਚੈਰੀਟੇਬਲ, ਜਿਹੜੇ ਚੈਰੀਟੇਬਲ ਤੋਂ ਡਾਕਟਰ ਸਾਹਿਬ ਆਏ ਆ ਉਹਨਾਂ ਨੇ ਵੀ ਬੜੀ ਸ਼ਿੱਦਤ ਦੇ ਨਾਲ, ਬੜੀ ਸਹਾਇਕਤਾ ਦੇ ਨਾਲ ਇਹ ਜਿਹੜਾ ਆ ਲੋਕਾਂ ਨੂੰ ਦੇਖਿਆ ਔਰ ਉਹਨਾਂ ਨੂੰ ਸਹੀ ਦੁਆ ਦੇ ਕੇ ਸਹੀ ਪਾਸੇ ਲਾਇਆ। ਅੱਖਾਂ ਜਿਹੜੀਆਂ ਬੜੀਆਂ ਮਹਾਨ ਹੁੰਦੀਆਂ ਕਿਉਂਕਿ ਅੱਖਾਂ ਗਈਆਂ ਜਹਾਨ ਗਿਆ, ਇਹ ਖੌਲ ਬੜੀ ਮਸ਼ਹੂਰ ਆ, ਦੰਦ ਗਏ ਤਾਂ ਸਵਾਦ ਗਿਆ। ਅੱਖਾਂ ਦਾ ਜਿਹੜਾ ਅੱਖਾਂ ਵਿੱਚ ਨੂੰ ਠੀਕ ਕਰਨਾ, ਅੱਖਾਂ ਦੀ ਰੋਸ਼ਨੀ ਨੂੰ ਦੁਬਾਰਾ ਲਿਆਉਣਾ ਇਹ ਬੜਾ ਵੱਡਾ ਪੁੰਨ ਆ, ਬੜੀ ਵੱਡੀ ਗੱਲ ਆ। ਔਰ ਪਰਮਾਤਮਾ ਇਸ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਅਤੇ ਅੱਗੇ ਤੋਂ ਇਹ ਸਦਾ ਹੀ ਹਰ ਸਾਲ ਆ ਕੇ ਇਸੇ ਤਰ੍ਹਾਂ ਕੈਂਪ ਲਾਉਂਦੇ ਰਹਿਣ ਔਰ 25 ਪਿੰਡਾਂ ਦੇ ਲੋਕ ਜਿਹੜੇ ਆ ਉਹ ਇਸ ਤੋਂ ਫਾਇਦਾ ਉਠਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਕੈਂਪ ਲਾਇਆ ਗਿਆ ਇਹਦੇ ਵਿੱਚ ਫ੍ਰੀ ਐਵਰੀਥਿੰਗ ਫ੍ਰੀ ਆ, ਅੱਖਾਂ ਦਾ ਆਪਰੇਸ਼ਨ, ਐਨਕਾਂ, ਦਵਾਈਆਂ, ਐਵਰੀਥਿੰਗ ਸਭ ਕੁਝ, ਦੰਦਾਂ ਦਾ ਚੈੱਕਅਪ ਆ ਜੋ ਵੀ ਆ ਸਭ ਕੁਝ ਫ੍ਰੀ ਆ, ਕੋਈ ਕਿਸੇ ਦਾ ਪੈਸਾ ਨਹੀਂ ਆ। ਔਰ ਜਿੰਨੇ ਵੀ ਅੱਖਾਂ ਦੇ ਪੇਸ਼ੈਂਟ ਜਿਹੜੇ ਹੋਣੇ ਉਹ ਅਸੀਂ ਘਰੋਂ ਲੈ ਕੇ ਜਾਣਾ ਹੈ, ਉਹਨਾਂ ਨੂੰ ਲਿਆ ਕੇ ਅਸੀਂ ਇੱਥੇ ਉਹਨਾਂ ਦੇ ਘਰ ਚਲੇ ਛੱਡਾਂਗੇ। ਔਰ ਜੋ ਵੀ ਸਾਤੋਂ ਹੋ ਸਕਦਾ ਆ, ਇਹ ਡਾਕਟਰ ਨੇ ਸਾਡੇ ਬੈਠੇ ਬਹੁਤ ਵਧੀਆ ਡਾਕਟਰ ਆ ਅਤੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ। ਔਰ ਗੁਰੂ ਨਾਨਕ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਵੱਲੋਂ ਸਰਦਾਰ ਜਗਤਾਰ ਸਿੰਘ ਗਰੇਵਾਲ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਹੜਾ ਕਿ ਇਹ ਸਾਡੇ ਇਲਾਕੇ ਲਈ ਇੰਨਾ ਮਾਣ ਬਖਸ਼ਦੇ ਆ ਵੀ ਇੰਨਾ ਮਾਣ ਬਖਸ਼ ਕੇ ਉਹ ਪਿੰਡ ਦੇ ਲੋਕਾਂ ਸੰਗਤ ਦਾ ਅੱਖਾਂ ਦਾ ਮਤਲਬ ਆਪਰੇਸ਼ਨ ਜੋ ਕਰਾਉਂਦੇ ਆ ਜਾਂ ਦਵਾਈਆਂ ਦਾ ਫ੍ਰੀ ਸੇਵਾ ਕਰਦੇ ਆ, ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਅੱਗੇ ਤੋਂ ਵੀ ਅਸੀਂ ਇਹਨਾਂ 'ਤੇ ਇਹੀ ਆਸ ਰੱਖਦੇ ਹਾਂ ਕਿ ਪਿੰਡ ਦੇ ਲੋਕਾਂ ਨੂੰ ਹੋਰ ਇੱਦਾਂ ਦੀ ਮਦਦ ਮਿਲਦੀ ਹੈ, ਜੋ ਡਾਕਟਰੀ ਸਹਾਇਤਾ ਮਿਲਦੀ ਰਹੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।